مالک رزق کثیر عطا فرماوے, آباد و سلامت رہو. باواز بلند صلوات. پھر بھی درود و آلِ محمد. ਮੈਨੂੰ ਇਹ ਕੋਈ ਲੱਗਦਾ ਪਿਆ ਬਈ ਬਰਾਮਦੇ ਵਾਲੇ ਬੰਦੇ ਦਾ ਪ੍ਰੋਗਰਾਮ ਹੈ ਤੇ ਬਾਹਰਲਿਆਂ ਦਾ ਪ੍ਰੋਗਰਾਮ ਕੋਈ ਨਹੀਂ ਹੈ. ਕਸੀਦੇ ਵਾਸਤੇ ਸਾਰੇ ਇਕੱਠੀ ਸਲਵਾਤ ਪੜੋ. ਕਸੀਦਾ ਕਿਉਂਕਿ ਹੈਦਰੀ ਸਾਹਿਬ ਨੇ ਮਾਸ਼ਾਅੱਲਾ ਬੜੀ ਸੋਹਣੀ ਤਕਰੀਰ ਕੀਤੀ, ਬੜਾ ਸੋਹਣਾ ਬਿਆਨ ਆਈ. ਪ੍ਰੋਗਰਾਮ ਮੇਰਾ ਕੁਝ ਹੋ ਰਿਹਾ ਹੀ, ਲੇਕਿਨ ਮੇਰਾ ਦਿਲ ਚਾਹੁੰਦਾ ਜੋ ਮੈਂ ਕਸੀਦਾ ਵੀ ਪਾਕ ਸੈਯਦਾਤ ਦੀ ਅਜ਼ਮਤ ਦਾ ਜਨਾਬ ਨੂੰ ਸੁਣਾਵਾਂ, ਕਿਉਂਕਿ ਜਿਸ ਮਲੂਨ ਨੇ ਗੁਸਤਾਖੀ ਕੀਤੀ ਹੈ ਉਸ ਮਲੂਨ ਨੂੰ ਜਵਾਬ ਦੇਣਾ ਚਾਹੁੰਦਾ ਜੋ ਇਹ ਮਖਦੂਮਾ ਕਿਤਨੀ ਅਜ਼ਮਤ ਦੀ ਮਾਲਕ ਹੈ, ਜਿਹਦੇ ਇਸਤਕਬਾਲ ਵਾਸਤੇ ਨਬੀਆਂ ਦਾ ਸੁਲਤਾਨ ਜਾਂ ਸਬਾਬ ਖੜਾ ਹੋ ਜਾਵੇ. ਭਾਈ ਜਿਹਦੇ ਇਸਤਕਬਾਲ ਵਾਸਤੇ ਸਾਰੇ ਨਬੀ ਖੜੇ ਹੁੰਦੇ ਨੇ ਉਸਨੂੰ ਮੁਹੰਮਦ ਮੁਸਤਫਾ, ਜਿਹਦੇ ਇਸਤਕਬਾਲ ਵਾਸਤੇ ਖੁਦ ਮੁਹੰਮਦ ਮੁਸਤਫਾ ਖੜੇ ਹੋ ਜਾਣੇ ਉਸਨੂੰ ਸੈਯਦਾ ਦੇਣ. ਤੋਂ ਮੈਂ ਪਾਕ ਸੈਯਦਾ ਦੀ ਅਜ਼ਮਤ ਦਾ ਮੇਰਾ ਦਿਲ ਚਾਹੁੰਦਾ ਜੋ ਇੱਕ ਸ਼ੇਰ ਮੈਂ ਜ਼ਰੂਰੀ ਸਮਝਦਾ ਜੋ ਪਾਕ ਸੈਯਦਾ ਦੀ ਅਜ਼ਮਤ ਦਾ ਮੈਂ ਜਨਾਬ ਨੂੰ ਕਸੀਦਾ ਸੁਣਾਵਾਂ. ਇਹ ਨਹੀਂ ਸਮਝਣਾ ਜੋ ਮੇਰੇ ਨਾਲ ਸੋਜ਼ੀ ਮੇਰੇ ਨਾਲ ਇੱਕ ਵੀ ਨਾ ਹੋਵੇ, ਮੈਂ ਇੱਕ ਹੀ ਇਨਸ਼ਾਅੱਲਾ ਤੁਹਾਨੂੰ ਕਸੀਦਾ ਸੁਣਾ ਦਿੰਦਾ. ਇਜਾਜ਼ਤ ਕੀ ਕਾਤੇ ਮੁਹੰਮਦ ਖੜਾ ਹੈ, ਖੁਦਾ ਜਾਣੇ ਜ਼ਾਰਾ. ਨਸਲਾਂ ਦੀ ਖੈਰ ਹੋਵੇ. ਮੈਦਾਨ ਮੁਬਾਹਲਾ ਜਿੱਦਾਂ ਘਰ ਦੇ ਵਿੱਚੋਂ ਤੋਹੀਦ ਮਨਵਾਉਣ ਵਾਸਤੇ ਘਰੋਂ ਪੰਜ ਸੱਤੀਆਂ ਹਸਤੀਆਂ ਟੁਰੀਆਂ, ਈਸਾਈਆਂ ਦੇ ਪਾਦਰੀਆਂ ਡਿੱਟਾ ਅਬਦੁਲ ਮਸੀਹ ਸਾਰਿਆਂ ਨੂੰ ਇਕੱਠਾ ਕੀਤਾ, ਇਕੱਠਾ ਕਰਕੇ ਆਦਿਆ ਜਿਹੜੇ ਪੰਜ ਆਉਂਦੇ ਪਏ ਨੇ ਪਹਿਲੇ ਪਤਾ ਕਰੋ ਇਹਨਾਂ 'ਚ ਕਈ ਮਸਤੂਰ ਤੇ ਨਹੀਂ ਆ ਰਹੀ, ਅਗਰ ਮਜ਼ਦੂਰ ਆ ਰਹੀ ਹੈ ਫਿਰ ਮੁਬਾਲਾ ਨਹੀਂ ਕਰਨਾ, ਦੇ ਕੇ ਦਿਨ ਕਿਉਂ ਨਹੀਂ ਕਰਨਾ, ਦੇ ਉਹ ਇਤਨੀ ਇੱਜ਼ਤ ਦੀ ਮਾਲਕ ਹੈ. ਅਗਰ ਇਸ ਪਹਾੜ ਨੂੰ ਹੁਕਮ ਦੇਵੇ ਪਹਾੜ ਆਪਣੀ ਰਾਹ ਛੋੜ ਦੇਵੇ, ਉਹ ਇਤਨੀ ਸੱਚੀ ਹੈ, ਉਹ ਇਤਨੀ ਸੱਚੀ ਹੈ. ਅੱਜ ਦਾ ਮੁਸਲਮਾਨ ਤਾਂ ਉਸ ਬੇਗੈਰਤ ਨੇ ਜਿਹੜਾ ਇਲਜ਼ਾਮ ਲਾਇਆ, ਮੇਰੀ ਜ਼ਬਾਨ ਨੂੰ ਜ਼ਰੂਰਤ ਹੀ ਨਹੀਂ, ਮੈਂ ਉਨਤੀ ਦਾ ਕਿਰਾ ਅੱਜ ਦਾ ਮੁਸਲਮਾਨ, ਮੈਂ ਆਦਾ ਤੇਰੇ ਨਾਲ ਉਹ ਈਸਾਈ ਚੰਗੇ ਹੈ ਜਿੰਨਾ ਕਿ ਉਹ ਐਡੀ ਸੱਚੀ ਹੈ. ਅਗਰ ਪਹਾੜ ਨੂੰ ਹੁਕਮ ਦੇਵੇ ਪਹਾੜ ਆਪਣੀ ਰਾਹ ਤੋਂ ਹਟ ਜਾਵੇ, ਜਦਾਂ ਪਤਾ ਲੱਗਣੇ ਜੋ ਮਸਤੂਰ ਆ ਰਹੀ ਹੈ, ਅਜੇ ਮੁਬਾਹਲਾ ਨਹੀਂ ਕਰਨਾ, ਬਾਤ ਨੂੰ ਟਾਲਣ ਦੀ ਕੋਸ਼ਿਸ਼ ਕਰੇ ਨੇ. ਅਬਦੁਲ ਮਸੀਹ ਸਾਰਿਆਂ ਦਾ ਬਜ਼ੁਰਗ ਆਈ ਸਾਹਮਣੇ ਆਇਆ, ਯਾ ਰਸੂਲ ਅੱਲਾ ਅੱਜ ਤੌਹੀਦ ਮਨਵਾਉਣ ਆਇਓ ਕੋਈ ਸਬੂਤ? ਸਰਕਾਰ ਫਰਮਾਉਂਦੇ ਅੱਜ ਮੈਂ ਸਾਰੇ ਸਬੂਤ ਲੈ ਕੇ ਆਇਆ, ਅੱਜ ਮੈਂ ਮਨਵਾ ਕੇ ਜਾਸਾ. ਇਹ ਪਾਦਰੀ ਕੰਮਣ ਲੱਗ ਪਿਆ, ਡੇ ਕੇ ਯਾ ਰਸੂਲ ਅੱਲਾ ਕਿਵੇਂ ਮਨਵਾ ਕੇ ਜਾਸੋ? ਉਹ ਬੰਦਾ ਆਇਆ ਹੀ ਨਹੀਂ ਜਿਹੜਾ ਬੰਦਾ ਹੁਣ ਤੱਕ ਜਿਹਦੀ ਜ਼ੁਬਾਨ ਹਰਕਤ 'ਚ ਨਹੀਂ ਆਈ, ਉਹ ਆਇਆ ਹੀ ਨਹੀਂ ਜਿਹੜਾ ਹੁਣ ਤੱਕ ਬੋਲ ਨਹੀਂ ਸਕਿਆ, ਉਸਦੀ ਜ਼ੁਬਾਨ ਇਨਸ਼ਾਅੱਲਾ ਜ਼ਰੂਰ 'ਚ ਹਰਕਤ ਹੀ ਜ਼ਰੂਰ ਆ ਜਾਸੀ. ਪਾਕ ਸਰਵਰੇ ਕਹਿਣਾ ਤੇ ਸਾਈਆਂ ਦੇ ਪਾਸ ਦੇਖ ਕੇ ਫਰਮਾਉਂਦੇ ਨਾ, ਉਹ ਮੈਂ ਦੱਸਾਂ ਸਲਾਮੰਤਰੋ ਜ਼ਿੰਦਗੀ.
आबाद सलामत रहो पाक सरवरे के नाते साईं दे पास देख के फरमाए दे मबाले में अपनी सदाकत दिखा शेर वास्ते एक कसीदा मैं शुरू की है आखिरी सत्रा ए जलाली हरामी वास्ते बिस्मिल्लाह जिन्ना पाक सैयदा दी शाम ने गुस्ताखी की है आखिरी दो सत्रा मैं उदे प्रेशन वास्ते पढ़ना चाहना जेड़े लोग आदे जो शिया नबी दे सहाबिया दे इतराम नहीं करें दे मैं आदा उस तू वड्डा ओ शिया लांती नहीं जेड़ा नबिया दे जेड़ा नबी दे सहाबी दे इतराम नहीं करें दा ओ शिया नहीं जेड़ा नबी दे सहाबी दे करें दा बिस्मिल्लाह करा ओ लांती है जेड़ा नबी दे सहाबी दा इतराम नहीं करें दा जी बिल्कुल लेकिन हर सहाबी नहीं मनते अल्लाह कुरान में फरमाया नहीं बोलो असहाबुल जन्ना भी हैं असहाबुल नार भी हैं असा सियाद विच पर रखे असा हर नु सहाबी नहीं मंदे आड असा मां जड़ी कसम दी नाल असा पर रखे जिमे मने है जिमे पाक सरवरे कायनात ने हुक्म दिता है आ मैं दसना एक नमूना पेश करना चाहना किनु मने है किनु नहीं मने आ जेड़ा बंदा हुण तक नहीं बोल सकया सर चाहे कि मैं प्रगट सामना चाहना सहाबी कोई भी सहाबी नहीं शैतान से